ਪੰਜਾਬੀ ਦੀ ਸਿੱਖਿਆ ਲੈ ਰਹੇ ਸਾਰੇ ਵਿਦਿਆਰਥੀਆਂ ਦਾ YouTube ਚੈਨਲ Learn with Harwinder ਸਰ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਵਿੱਚ ਐਸੇ ਲੇਖ ਜੇ ਮੈਂ ਪ੍ਰਿੰਸੀਪਲ ਹੁੰਦਾ। ਦੋਸਤੋ ਇਸ ਤਰ੍ਹਾਂ ਦੇ ਹੋਰ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ Learn with Harwinder ਸਰ। ਆਓ ਸ਼ੁਰੂ ਕਰਦੇ ਹਾਂ ਲੇਖ ਜੇ ਮੈਂ ਪ੍ਰਿੰਸੀਪਲ ਹੁੰਦਾ। ਸਕੂਲ ਨੂੰ ਆਦਰਸ਼ ਬਣਾਉਣਾ। ਜੇ ਮੈਂ ਪ੍ਰਿੰਸੀਪਲ ਹੁੰਦਾ ਤਾਂ ਸਾਡਾ ਸਕੂਲ ਇੱਕ ਆਦਰਸ਼ ਸਕੂਲ ਹੁੰਦਾ। ਸਕੂਲ ਦਾ ਆਰੰਭ ਪ੍ਰਾਰਥਨਾ ਨਾਲ ਹੁੰਦਾ। ਉਸ ਤੋਂ ਬਾਅਦ ਪੀੜ੍ਹੀ ਕਰਵਾਈ ਜਾਂਦੀ ਹਰ ਹਫ਼ਤੇ ਵਿਦਿਆਰਥੀਆਂ ਦੇ ਲਿਖਤੀ ਟੈਸਟ ਹੁੰਦੇ ਬੱਚਿਆਂ ਨੂੰ ਚੰਗਾ ਵਿਦਿਆਰਥੀ ਹੋਣ ਦੇ ਨਾਲ ਨਾਲ ਚੰਗਾ ਮਨੁੱਖ ਅਤੇ ਚੰਗਾ ਨਾਗਰਿਕ ਬਣਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਵਿਦਿਆਰਥੀਆਂ ਤੇ ਅਧਿਆਪਕਾਂ ਦਰਮਿਆਨ ਤਾਲਮੇਲ ਸਾਡੇ ਸਕੂਲ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਤਾਲਮੇਲ ਹੁੰਦਾ ਜੇ ਵਿਦਿਆਰਥੀ ਨੂੰ ਅਧਿਆਪਕ ਦੀ ਪੜਾਈ ਹੋਈ ਕੋਈ ਗੱਲ ਸਮਝ ਨਾ ਆਉਂਦੀ ਤਾਂ ਉਹ ਬਿਨਾਂ ਸੰਕੋਚ ਆਪਣੇ ਅਧਿਆਪਕ ਨੂੰ ਕਹਿ ਸਕਦਾ ਜਾਂ ਆਪਣੇ ਅਧਿਆਪਕ ਤੋਂ ਪੁੱਛ ਸਕਦਾ ਅਧਿਆਪਕ ਵਿਦਿਆਰਥੀਆਂ ਨੂੰ ਹਰ ਗੱਲ ਪਿਆਰ ਨਾਲ ਸਮਝਾਉਂਦੇ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਵਿਚਕਾਰ ਚੰਗਾ ਤਾਲਮੇਲ ਹੁੰਦਾ ਯੋਗਤਾ ਅਨੁਸਾਰ ਤਨਖਾ ਮੈਂ ਕਰਮਚਾਰੀਆਂ ਤੇ ਅਧਿਆਪਕਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਤਨਖਾਹ ਦਿੰਦਾ ਮੈਂ ਉਹਨਾਂ ਨੂੰ ਸਮੇਂ ਸਿਰ ਚੰਗੀ ਤਨਖਾਹ ਅਤੇ ਲੋਡ ਅਨੁਸਾਰ ਸਹੂਲਤਾਂ ਜਿਵੇਂ ਕੰਪਿਊਟਰ ਲੈਪਟਾਪ ਦੀ ਸਹੂਲਤ ਆਦਿ ਦਿੰਦਾ ਪਰ ਫਜ਼ੂਲ ਕਰਜ਼ੀ ਨਾ ਕਰਦਾ ਮੁਕਾਬਲੇਬਾਜ਼ੀ ਦਾ ਵਿਕਾਸ ਸਾਡੇ ਸਕੂਲ ਵਿੱਚ ਭਾਸ਼ਣ ਕਵਿਤਾ ਉਚਾਰਨ ਬਾਦ ਵਿਵਾਰ ਸੰਗੀਤ ਅਤੇ ਖੇਡ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਜਿਸ ਨਾਲ ਵਿਦਿਆਰਥੀਆਂ ਨੂੰ ਨੈਤਿਕ ਅਤੇ ਸਦਾਚਾਰੀ ਗੁਣਾਂ ਦੀ ਪ੍ਰਾਪਤੀ ਹੁੰਦੀ ਸਕੂਲਾਂ ਵਿਦ ਸਹੂਲਤਾ ਸਕੂਲ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਕਿ ਸਕੂਲ ਦੇ ਸਾਰੇ ਵਿਦਿਆਰਥੀ ਲਾਇਬ੍ਰੇਰੀ ਕੰਪਿਊਟਰ ਲੈਬ ਸਾਇੰਸ ਲੈਬ ਵਰਗੀਆਂ ਸਹੂਲਤਾਂ ਦੀ ਵਰਤੋਂ ਕਰਨ ਜਿਸ ਨਾਲ ਉਹ ਚੰਗੀ ਸਿੱਖਿਆ ਲੈ ਸਕਣ ਅਧਿਆਪਕਾਂ ਨੂੰ ਇਹ ਆਦੇਸ਼ ਦਿੱਤਾ ਜਾਂਦਾ ਕਿ ਉਹ ਵਿਦਿਆਰਥੀਆਂ ਦੇ ਨਿੱਜੀ ਹਾਲਾਤਾਂ ਨੂੰ ਸਮਝ ਕੇ ਉਸ ਅਨੁਸਾਰ ਸਿੱਖਿਆ ਦੇਣ। ਗਰੀਬ ਵਿਦਿਆਰਥੀਆਂ ਦੀ ਸਹਾਇਤਾ ਸਾਡੇ ਸਕੂਲ ਵਿੱਚ ਗਰੀਬ ਪਰ ਪੜਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਅਤੇ ਘੱਟ ਫੀਸ ਵਿੱਚ ਚੰਗੀ ਵਿੱਦਿਆ ਦੇਣ ਦਾ ਉਦੇਸ਼ ਸਾਹਮਣੇ ਰੱਖਿਆ ਜਾਂਦਾ। ਨਕਲ ਦਾ ਖਾਤਮਾ ਸਾਡੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਨਕਲ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਅਤੇ ਇਸ ਤਰ੍ਹਾਂ ਸਕੂਲ ਵਿੱਚੋਂ ਨਕਲ ਦਾ ਖਾਤਮਾ ਕੀਤਾ ਜਾਂਦਾ। ਮਾਪਿਆਂ ਨਾਲ ਮੀਟਿੰਗ ਹਰ ਮਹੀਨੇ ਮਾਤਾ-ਪਿਤਾ ਨਾਲ ਅਧਿਆਪਕਾਂ ਦੀ ਮੀਟਿੰਗ ਕੀਤੀ ਜਾਂਦੀ ਅਤੇ ਉਨ੍ਹਾਂ ਤੋਂ ਬੱਚਿਆਂ ਦੀ ਪੜ੍ਹਾਈ ਬਾਰੇ ਸਲਾਹ ਲਈ ਜਾਂਦੀ ਅਤੇ ਬੱਚਿਆਂ ਦੀ ਪੜ੍ਹਾਈ ਬਾਰੇ ਜਾਣਕਾਰੀ ਦਿੱਤੀ ਜਾਂਦੀ ਸਾਰਾਂਝ ਮੈਨੂੰ ਪੂਰਾ ਯਕੀਨ ਹੈ ਕਿ ਜੇ ਮੈਂ ਪ੍ਰਿੰਸੀਪਲ ਬਣ ਗਿਆ ਤਾਂ ਸਾਡਾ ਸਕੂਲ ਇਲਾਕੇ ਦਾ ਇੱਕ ਅਦਰਡ ਸਕੂਲ ਹੋਵੇਗਾ